रेडी ईरान देश ਵਿੱਚ शेख 사이디 naam ਦਾ ਇੱਕ ਸੰਸਾਰ ਪ੍ਰਸਿੱਧ ਵਿਦਵਾਨ ਹੋਇਆ ਹੈ ਡੰਡੀ ਉਸਨੇ ਲਿਖਿਆ ਸੀ ਕਿ ਕਿਸ਼ਤੀ ਢਿੱਡ ਦੇ ਬੋਝ ਨਾਲ ਡੁੱਬਦੀ ਹੁੰਦੀ ਹੈ ਡੰਡੀ ਇਹਨਾਂ ਸ਼ਬਦਾਂ ਤੋਂ ਉਸ ਦਾ ਭਾਵ ਇਹ ਸੀ ਕਿ ਜਦ ਬੰਦਾ ਆਪਣੇ ਖਰਚੇ ਨੂੰ ਵਧਾ ਲੈਂਦਾ ਹੈ ਤਾਂ ਉਸ ਨੂੰ ਉਹਨਾਂ ਖਰਚਾ ਨੂੰ ਪੂਰਿਆ ਕਰਨ ਲਈ ਬੇਇਮਾਨੀ ਵੀ ਕਰਨੀ ਪੈ ਸਕਦੀ ਹੈ ਡੰਡੀ ਇਹੋ ਜਹੀਆਂ ਉਸ ਦੀਆਂ ਫਜ਼ੂਲ ਖਰਚੀਆਂ ਨੂੰ ਦੇਖ ਕੇ ਹੋਰ ਬੰਦੇ ਵੀ ਖਰਚ ਵਧਾ ਕੇ ਡੁੱਬਣ ਦੇ ਰਸਤੇ ਉੱਤੇ ਤੁਰ ਪੈਂਦੇ ਹਨ ਡੰਡੀ ਖਰਚ ਵਧਾਉਣ ਵਾਲੇ ਬੰਦੇ ਨੂੰ ਪੁੰਨਦਾਨ ਵੱਲ ਵੀ ਪਿੱਠ ਫੇਰ ਨਹੀਂ ਪੈਂਦੀ ਹੈ ਡੰਡੀ ਦੇਵਤਾ ਸਰੂਪ ਭਾਈ ਪਰਮਾਨੰਦ ਜੀ ਨੇ ਜਿਸ ਸਮੇ ਐਮਏ پاس ਕੀਤੀ ਸੀ ਉਸ ਸਮੇ ਐਮਏ پاس ਕਰਨ ਵਾਲੇ ਬੰਦਿਆਂ ਨੂੰ ਵੱਡੀਆਂ-ਵੱਡੀਆਂ ਸਰਕਾਰੀ ਨੌਕਰੀਆਂ ਮਿਲਦੀਆਂ ਹੁੰਦੀਆਂ ਸਨ ਡੰਡੀ ਪਾਰ ਉਹਨਾਂ ਨੇ ਦੇਸ਼ ਸੇਵਾ ਲਈ ਨੌਕਰੀ ਨਾ ਕੀਤੀ ਡੰਡੀ ਉਹ ਲਾਹੌਰ ਸ਼ਹਿਰ ਵਿੱਚ ਰਹਿੰਦੇ ਸਨ ਜਿਹੜਾ 1947 ਦੀ ਦੇਸ਼ ਦੀ ਮੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੀ ਰਾਜਧਾਨੀ ਦਾ ਸ਼ਹਿਰ ਸੀ ਡੰਡੀ ਉਹਨਾਂ ਦਾ ਮਕਾਨ ਬਹੁਤ ਛੋਟਾ ਸੀ ਡੰਡੀ ਉਹ ਭਾਰਤ ਦੇ ਹਿੰਦੂ ਕੌਮ ਦੇ ਆਗੂਆਂ ਵਿੱਚੋਂ ਸਿਰ ਕੱਢ ਆਗੂ ਸਨ ਡੰਡੀ ਉਹ ਉਹਨਾਂ ਦਿਨਾਂ ਦੀ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਸਨ ਡੰਡੀ ਜਿਸ ਬਾਰੇ ਵਿੱਚ ਉਹ ਸਾਰਾ ਦਿਨ ਬੈਠਦੇ ਹੁੰਦੇ ਸਨ ਉਹ ਇਤਨਾ ਛੋਟਾ ਸੀ ਕਿ ਉਸ ਵਿੱਚ 51 ਹੀ ਡਹਿ ਸਕਦਾ ਸੀ ਉਸ ਵਿੱਚ ਕੋਈ ਮੇਜ਼ ਕੁਰਸੀ ਨਹੀਂ ਸੀ ਡੰਡੀ ਉਹ ਰੈਡੀ ਪੁੰਜੇ ਬੈਠਦੇ ਹੁੰਦੇ ਸੰ ਡੰਡੀ ਉਹਨਾਂ ਦੇ ਖਾਣੇ ਵਿੱਚ ਦਾਲ ਜਾਂ ਸਬਜ਼ੀ ਇੱਕ ਕੌਲੀ ਵਿੱਚ ਹੁੰਦੀ ਸੀ ਦੂਜੀ ਕੌਲੀ ਨਹੀਂ ਹੁੰਦੀ ਸੀ ਡੰਡੀ ਸਰੀਰ ਦੇ ਕੱਪੜੇ ਇੱਕ কুর্তা ਅਤੇ ਇੱਕ ਧੋਤੀ ਦੇ ਹੁੰਦੇ ਸਨ ਡੰਡੀ ਪੈਰਾਂ ਵਿੱਚ ਜੁੱਤੀ ਹੁੰਦੀ ਸੀ ਜੁਰਾਬਾਂ ਨਹੀਂ ਪਹਿਨਦੇ ਸਨ ਡੰਡੀ ਉਹ ਸ਼ਹਿਰ ਵਿੱਚ ਦੂਰ ਦੂਰ ਦੇ ਥਾਮਾ ਨੂੰ ਜਾਂਦੇ ਹੋਏ ਸਦਾ ਪੈਦਲ ਤੁਰਦੇ ਹੁੰਦੇ ਸਨ ਉਹਨਾਂ ਦੀ ਧੀ ਦੀ ਸ਼ਾਦੀ ਦੀ ਰਾਸਮ ਪੂਰੀ ਕਰਨ ਲਈ 1 ਕਿਲੋਮੀਟਰ ਦੂਰੀ ਵਾਲੇ ਮੰਦਰ ਨੂੰ ਉਹਨਾਂ ਦੇ ਘਰ ਦੇ ਸਾਰੇ ਜੀ ਪੈਦਲ ਹੀ ਤੁਰ ਕੇ ਗਏ ਸਨ ਡੰਡੀ ਉਹਨਾਂ ਦੀ ਧੀ شادی ਸਮੇਂ ਧੀ ਲਈ ਕੋਈ ਮਹਿੰਗਾ ਕੱਪੜਾ ਨਹੀਂ ਬਣਵਾਇਆ ਸੀ ਡੰਡੀ ਰੋਜ ਵਾਲੇ ਕੱਪੜਿਆਂ ਨਾਲ ਹੀ ਦੀਨੇ ਫੇਰੇ ਲੈ ਸੰਨ ਮਠਿਆਈ ਜਾਂ ਪੂੜੀ ਕੜਾ ਕੋਈ ਚੀਜ਼ ਨਹੀਂ ਸੀ ਨਾ ਹੀ ਖਰੀਦੀ ਗਈ ਸੀ ਡੰਡੀ ਉਹਨਾਂ ਦੇ ਹਫਤਾਵਾਰ ਅਖਬਾਰ ਹਿੰਦੂ ਦੇ ਮੈਨੇਜਰ ਹੰਸ ਰਾਜ ਨੇ ਵਿਆਹ ਦੇ ਬਿਲੇ 13 ਆਨੇ ਖਰਚ ਕਰਕੇ ਮਿੱਠਾ ਪਾਣੀ ਬਣਾ ਕੇ ਲੈ ਆੰਦਾ ਡੰਡੀ ਭਾਈ ਜੀ ਉਸ ਨੂੰ ਗੁੱਸੇ ਹੋਏ ਤੇ ਕਹਿਣ ਲੱਗੇ ਕਿ ਤੂੰ ਤੇਰਾ ਆਨੇ ਖਰਚ ਕਰਕੇ ਮਿੱਠਾ ਪਾਣੀ ਕਿਉਂ ਬਣਵਾਇਆ ਹੈ ਪ੍ਰਸ਼ਨ ਚੰਨਾ ਕਿ 1 ਕਿਲੋਮੀਟਰ ਤੁਰਨ ਨਾਲ ਸਾਨੂੰ ਪਿਆਸ ਲੱਗ ਗਈ ਹੈ ਪ੍ਰਸ਼ਨ ਚੰਨ ਭਾਈ ਜੀ ਦੇ ਘਰ ਕੋਈ ਨੌਕਰ ਨਹੀਂ ਸੀ ਡੰਡੀ ਕਰਦਾ ਸਾਰਾ ਕੰਮ ਭਾਈ ਜੀ ਦੀ ਪਤਨੀ ਆਪ ਹੀ ਕਰਦੀ ਹੁੰਦੀ ਸੀ ਡੰਡੀ ਬਿਹਲੇ ਬੇਲੇ ਉਹ ਚਰਖਾ ਕੱਤਦੀ ਹੁੰਦੀ ਸੀ ਉਸ ਕੱਤੇ ਹੋਏ ਸੂਤਰਾਂ